ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਚੜ੍ਹਦ ਸਿੰਘ ਸੁੱਖਾ ਸਿੰਘ ਕੀ ਪਾਦੀ ਅਤੀਸੈ ਪ੍ਰੀਤ ਚੜ੍ਹਦ ਸਿੰਘ ਸੁੱਖਾ ਸਿੰਘ ਕੇ ਬਾਡੀ ਅਤਿਸ਼ੈ ਪ੍ਰੀਤ ਭਾਈ ਸੁੱਖਾ ਸਿੰਘ ਜੀ ਮਾੜੀ ਕੰਬੋ ਕੀ ਵਾਲਾ ਜੋ ਕਿ ਪਠਾਨ ਦੇ ਨਾਲ ਲੜਨ ਵਾਸਤੇ ਗਿਆ ਸੀ ਬੜੇ ਦੋਵਾਂ ਜਾਣਿਆਂ ਨੇ ਜ਼ੋਰ ਵਿਖਾਏ ਕਾਫੀ ਸਮੇਂ ਤੱਕ ਦੋਵੇਂ ਸੂਰਮੇ ਲੜਦੇ ਰਹੇ ਲੜਦਿਆਂ ਲੜਦਿਆਂ ਕਾਫੀ ਸਮਾਂ ਹੋ ਗਿਆ ਜਦੋਂ ਬੇਹੋਸ਼ ਹੋ ਕੇ ਡਿੱਗੇ ਹਨ ਭਾਈ ਸੁੱਖਾ ਸਿੰਘ ਨੇ ਹੋਸ਼ ਨੂੰ ਸੰਭਾਲਦਿਆਂ ਹੋਇਆ ਹੋਸ਼ 'ਚ ਆ ਕੇ ਮੌਕੇ ਨੂੰ ਸਾਂਭਦਿਆਂ ਹੋਇਆ ਸਰੋਹੀ ਦੇ ਨਾਲ ਪਠਾਨ ਨੂੰ ਮਾਰ ਦਿੱਤਾ ਅਤੇ ਮਾਰਨ ਤੋਂ ਬਾਅਦ ਜਕਾਰਾ ਛੱਡਦਾ ਹੋਇਆ ਆਪਣੇ ਜੱਥੇ ਵੱਲ ਦੌੜਦਾ ਹੈ ਪਿੱਛੋਂ ਬਾਕੀ ਪਠਾਨਾਂ ਨੇ ਹਮਲਾ ਕੀਤਾ ਤਾਂ ਜੋ ਇਹਨੇ ਸਾਡੇ ਸਾਥੀ ਨੂੰ ਮਾਰਿਆ ਇਹ ਜਿੰਦਾ ਨਾ ਚਲਾ ਜਾਵੇ ਜਦੋਂ ਹਮਲਾ ਕੀਤਾ ਪਠਾਨਾਂ ਨੇ ਅਤੇ ਅਗਲੇ ਬੰਨਿਓਂ ਸਿੱਖਾਂ ਨੇ ਗੋਲੀਆਂ ਅਤੇ ਤੀਰਾਂ ਦੇ ਨਾਲ ਹਮਲਾ ਕੀਤਾ ਤਾਂ ਜੋ ਭਾਈ ਸੁੱਖਾ ਸਿੰਘ ਜੀ ਨੂੰ ਆਪਣੇ ਜੱਥੇ ਦੇ ਵਿੱਚ ਲਿਆਂਦਾ ਜਾ ਸਕੇ ਜਿਸ ਵਕਤ ਸਿੱਖ ਗੋਲੀਆਂ ਅਤੇ ਤੀਰ ਚਲਾ ਰਹੇ ਸਨ ਛੋਟੀ ਉਮਰ ਦਾ ਭਾਈ ਚੜ੍ਹਦ ਸਿੰਘ ਉਹਨੇ ਘੋੜੀ ਨੂੰ ਅੱਡੀ ਲਾਈ ਅਤੇ ਭਾਈ ਸੁੱਖਾ ਸਿੰਘ ਜੀ ਨੂੰ ਆਪਣੀ ਘੋੜੀ 'ਤੇ ਬਿਠਾ ਕੇ ਆਪਣੇ ਜੱਥੇ ਵਿੱਚ ਲੈ ਆਉਂਦਾ ਅਤੇ ਪਠਾਨ ਉੱਥੇ ਦੇ ਉੱਥੇ ਹੀ ਰੁਕੇ ਰਹੇ ਭਾਈ ਰਤਨ ਸਿੰਘ ਜੀ ਕਹਿੰਦੇ ਜਦੋਂ ਸੁੱਖਾ ਸਿੰਘ ਆਪਣੇ ਜੱਥੇ ਵਿੱਚ ਆ ਗਿਆ ਚੜ੍ਹਦ ਸਿੰਘ ਸੁੱਖਾ ਸਿੰਘ ਕੀ ਬਾਡੀ ਅਤਿਸ਼ਾ ਪ੍ਰੀਤ ਦੋਵਾਂ ਜਾਣਿਆਂ ਦੇ ਵਿੱਚ ਬੜਾ ਪ੍ਰੇਮ ਪੈ ਗਿਆ ਸੁੱਖਾ ਸਿੰਘ ਤੇ ਚੜ੍ਹਦ ਸਿੰਘ ਦੋਵੇਂ ਜਾਣੇ ਜਿਗਰੀ ਜਾਰ ਬਣ ਗਏ ਦੇਹੀ ਜਾਪਤ ਦੋਏ ਦੋਇਨ ਰਹਿਓ ਏਕ ਹੋਇ ਚੀਤ ਦੇਹੀ ਜਾਪਤ ਦੋਏ ਦੋਇਨ ਰਹਿਓ ਏਕ ਹੋਇ ਚੀਤ ਭਾਈ ਰਤਨ ਸਿੰਘ ਜੀ ਕਹਿੰਦੇ ਹਨ ਏਦਾਂ ਇਹਨਾਂ ਦਾ ਪਿਆਰ ਪੈ ਗਿਆ ਏਦਾਂ ਦੋਵਾਂ ਦੀ ਜਾਰੀ ਗੂੜੀ ਹੋ ਗਈ ਦੋਵਾਂ ਦੇ ਸਰੀਰ ਭਾਵੇਂ ਦੋ ਜਾਪਦੇ ਹਨ ਪਰ ਅੰਦਰ ਦੀ ਸੋਚ ਅੰਦਰ ਦਾ ਚਿੰਤ ਅੰਦਰ ਦਾ ਮਨਵਾ ਦੋਵਾਂ ਦਾ ਇੱਕ ਹੀ ਹੋ ਗਿਆ ਹੈ ਦੋਵਾਂ ਦੇ ਵਿਚਾਰ ਦੋਵਾਂ ਦੇ ਖਿਆਲ ਇੱਕ ਹੋ ਗਏ ਹਨ ਸਰਦਾਰ ਸਭੀ ਚਲ ਡੇਰੇ ਆਏ ਸਰਦਾਰ ਸਭੀ ਚਲ ਡੇਰੇ ਆਏ ਭਾਈ ਰਤਨ ਸਿੰਘ ਜੀ ਕਹਿੰਦੇ ਜੰਗ ਜਿੱਤਣ ਤੋਂ ਬਾਅਦ ਜਿਹੜਾ ਭਾਈ ਸੁੱਖਾ ਸਿੰਘ ਜੀ ਦਾ ਜੱਥਾ ਸੀ ਸਿਆਮ ਸਿੰਘ ਦੇ ਜੱਥੇ ਵਿੱਚ ਉਸ ਜੱਥੇ ਦੇ ਕੋਲ ਜਦੋਂ ਬਾਕੀ ਸੂਰ ਜੱਥਿਆਂ ਨੂੰ ਪਤਾ ਲੱਗਾ ਕਿ ਅਹਿਮਦ ਸ਼ਾਹ ਅਬਦਾਲੀ ਦੇ ਖਾਸ ਬੰਦੇ ਨੂੰ ਸੁੱਖਾ ਸਿੰਘ ਨੇ ਮਾਰਿਆ ਹੈ ਅਤੇ ਸੁੱਖਾ ਸਿੰਘ ਨੂੰ ਸਨਮਾਨਿਤ ਕਰਨ ਵਾਸਤੇ ਸੁੱਖਾ ਸਿੰਘ ਜੀ ਦਾ ਉਤਸ਼ਾਹ ਵਧਾਉਣ ਵਾਸਤੇ ਖਾਲਸੇ ਪੰਥ ਵੱਲੋਂ ਉਹਨੂੰ ਬਖਸ਼ਿਸ਼ਾਂ ਦੇਣ ਵਾਸਤੇ ਸਾਰੇ ਜਥੇਦਾਰ ਭਾਈ ਸੁੱਖਾ ਸਿੰਘ ਜੀ ਦੇ ਜਥੇਦਾਰ ਦੇ ਕੋਲ ਪਹੁੰਚੇ ਘੋੜਾ ਸਭੀ ਲਿਆਏ ਇੱਕ ਇੱਕ ਘੋੜਾ ਸਭੀ ਲਿਆਏ ਸਾਰੇ ਜਥੇਦਾਰ ਭਾਈ ਸੁੱਖਾ ਸਿੰਘ ਵਾਸਤੇ ਇੱਕ ਇੱਕ ਘੋੜਾ ਲੈ ਕੇ ਆਏ ਤੈ ਦੇ ਘੋੜੇ ਧੰਨ ਧੰਨ ਕਹਿਓ ਨਾਲੇ ਜਥੇਦਾਰ ਸੁੱਖਾ ਸਿੰਘ ਨੂੰ ਸ਼ਾਬਾਸ਼ੀ ਦਿੰਦੇ ਹਨ ਵਧਾਈਆਂ ਦਿੰਦੇ ਹਨ ਤੂੰ ਪਠਾਨ ਨੂੰ ਮਾਰਿਆ ਹੈ ਤੇ ਨਾਲੇ ਤੋਹਫੇ ਦੇ ਵਜੋਂ ਇੱਕ ਇੱਕ ਘੋੜਾ ਦਿੰਦੇ ਹਨ ਦੈ ਦੇ ਘੋੜੇ ਧੰਨ ਧੰਨ ਕਹਿਓ ਸੁੱਖਾ ਸਿੰਘ ਨੂੰ ਧੰਨ ਧੰਨ ਕਹਿੰਦੇ ਹਨ ਸੂਰਬੀਰ ਕਮਾਲ ਦਾ ਕਹਿੰਦੇ ਹਨ ਬੜਾ ਵੱਡਾ ਯੋਧਾ ਕਹਿੰਦੇ ਹਨ ਤੇ ਨਾਲ ਨਾਲ ਭਾਈ ਸੁੱਖਾ ਸਿੰਘ ਨੂੰ ਇੱਕ ਇੱਕ ਘੋੜਾ ਤੋਹਫੇ ਵਜੋਂ ਦਿੰਦੇ ਹਨ ਠਾਠ ਭਇਓ ਕਰ ਜੋਰ ਕਰ ਸਰਬ ਪੰਥ ਕੇ ਪਾਸ ਠਾਠ ਭਇਓ ਕਰ ਜੋਰ ਕਰ ਸਰਬ ਪੰਥ ਕੇ ਪਾਸ ਜਦੋਂ ਸਾਰਿਆਂ ਨੇ ਘੋੜੇ ਦੇ ਦਿੱਤੇ ਸਾਰਿਆਂ ਨੇ ਬਖਸ਼ਿਸ਼ਾਂ ਦੇ ਦਿੱਤੀਆਂ ਤੇ ਭਾਈ ਸੁੱਖਾ ਸਿੰਘ ਸਰਬੱਤ ਖਾਲਸੇ ਦੇ ਅੱਗੇ ਹੱਥ ਜੋੜ ਕੇ ਗਲ ਵਿੱਚ ਪੱਲਾ ਪਾ ਕੇ ਬੇਨਤੀ ਕਰਦਾ ਹੈ ਲਇਓ ਖਾਲਸੋ ਮੇਲ ਰਲ ਕਰ ਦੇ ਖੁੱਲੀ ਖੁਸ਼ੀ ਅਰਦਾਸ ਲਇਓ ਖਾਲਸੋ ਮੇਲ ਗਲ ਕਰ ਦੇ ਖੁਸ਼ੀ ਅਰਦਾਸ ਭਾਈ ਸੁੱਖਾ ਸਿੰਘ ਜੀ ਨੂੰ ਗਲੇ ਦੇ ਨਾਲ ਲਾਇਆ ਹੈ ਅਤੇ ਸਾਰੇ ਖਾਲਸੇ ਨੇ ਭਾਈ ਸੁੱਖਾ ਸਿੰਘ ਜੀ ਦੀ ਚੜ੍ਹਦੀ ਕਲਾ ਵਾਸਤੇ ਸਮੁੱਚੇ ਪੰਥ ਨੇ ਰਲ ਮਿਲ ਕੇ ਇੱਕ ਪ੍ਰਮਾਤਮਾ ਗੁਰੂ ਦੇ ਚਰਨਾਂ ਵਿੱਚ ਅਰਦਾਸਾ ਸੋਧਿਆ ਹੈ ਘੋੜੇ ਮੋੜ ਸਭੈ ਉਨ ਦਏ ਘੋੜੇ ਮੋੜ ਸਭੈ ਉਨ ਦਏ ਜਦੋਂ ਅਰਦਾਸਾ ਸੋਧਿਆ ਗਿਆ
ਤੇ ਫਿਰ ਭਾਈ ਸੁੱਖਾ ਸਿੰਘ ਸਮੁੱਚੇ ਖਾਲਸੇ ਨੂੰ ਇੱਕ ਬੇਨਤੀ ਕਰਦਾ, ਖਾਲਸਾ ਜੀ ਤੁਸੀਂ ਸਾਰਿਆਂ ਨੇ ਮੈਨੂੰ ਇੰਨਾ ਸਨਮਾਨ ਦਿੱਤਾ, ਇੰਨਾ ਉਤਸ਼ਾਹ ਦਿੱਤਾ, ਮੇਰੀ ਅਰਦਾਸ ਕੀਤੀ ਹੈ, ਮੈਂ ਇੱਕ ਬੇਨਤੀ ਕਰਦਾ ਹਾਂ, ਆ ਤੁਸੀਂ ਸਾਰਿਆਂ ਨੇ ਮੈਨੂੰ ਘੋੜੇ ਦਿੱਤੇ ਹਨ, ਮੈਂ ਇੰਨੇ ਘੋੜਿਆਂ ਦਾ ਕੀ ਕਰਾਂਗਾ, ਮੇਰੀ ਬੇਨਤੀ ਇਹ ਹੈ ਕਿ ਤੁਸੀਂ ਸਾਰੇ ਜਾਣੇ ਮੇਰੇ ਘੋੜੇ ਲੈ ਲਓ, ਵਾਪਸ ਲੈ ਲਵੋ। ਸ਼ਿਆਮ ਸਿੰਘ ਨੇ ਉਨ ਰੱਖ ਲਏ। ਭਾਈ ਸੁੱਖਾ ਸਿੰਘ ਜੀ ਦੀ ਬੇਨਤੀ ਨੂੰ ਪ੍ਰਵਾਨ ਕੀਤਾ ਗਿਆ ਅਤੇ ਸਾਰਿਆਂ ਨੇ ਜਥੇਦਾਰਾਂ ਨੇ ਜੋ ਤੋਹਫੇ ਘੋੜੇ ਵਜੋਂ ਦਿੱਤੇ ਸਨ ਸਾਰਿਆਂ ਨੇ ਵਾਪਸ ਲੈ ਲਏ, ਕਿਉਂਕਿ ਸੁੱਖਾ ਸਿੰਘ ਨੇ ਬੇਨਤੀ ਕੀਤੀ ਸੀ ਮੈਂ ਇੰਨੇ ਘੋੜਿਆਂ ਦਾ ਇਕੱਲਾ ਕੀ ਕਰਾਂਗਾ। ਪਰ ਸ਼ਿਆਮ ਸਿੰਘ ਜਿਹੜੇ ਜਥੇ ਵਿੱਚ ਸੁੱਖਾ ਸਿੰਘ ਜੀ ਰਹਿੰਦਾ ਸੀ ਉਹਦਾ ਘੋੜਾ ਭਾਈ ਸੁੱਖਾ ਸਿੰਘ ਨੇ ਨਹੀਂ ਮੋੜਿਆ। ਸ਼ਿਆਮ ਸਿੰਘ ਕੋ ਬੇਟੋ ਕਹਾਵੋ, ਕਿਉਂਕਿ ਭਾਈ ਸੁੱਖਾ ਸਿੰਘ ਭਾਈ ਸ਼ਿਆਮ ਸਿੰਘ ਦਾ ਬੇਟਾ ਅਖਵਾਉਂਦਾ ਸੀ ਤੇ ਭਾਈ ਸ਼ਿਆਮ ਸਿੰਘ ਉਹਨੂੰ ਬੇਟਿਆਂ ਦੇ ਵਾਂਗੂ ਆਪਣੇ ਪੁੱਤਰਾਂ ਦੇ ਵਾਂਗੂ ਪਿਆਰ ਕਰਦਾ ਸੀ। ਕਹਾ ਕਮੀ ਉਸ ਘੋੜਨ ਆਵੇ, ਕਿਉਂਕਿ ਸ਼ਿਆਮ ਸਿੰਘ ਦੇ ਕੋਲ ਅੱਗੇ ਬਥੇਰੇ ਘੋੜੇ ਸਨ ਤੇ ਇਸ ਜਥੇ ਦੇ ਵਿੱਚ ਕਿਸੇ ਨੂੰ ਵੀ ਘੋੜੇ ਦੀ ਕਮੀ ਨਹੀਂ ਸੀ ਆਉਂਦੀ। ਸਾਖੀ ਸੁੱਖਾ ਸਿੰਘ ਕੀ ਸੁਣੀ ਦੋ ਦਈ ਲਿਖਾਏ। ਭਾਈ ਰਤਨ ਸਿੰਘ ਜੀ ਕਹਿੰਦੇ ਖਾਲਸਾ ਜੀ ਸੰਗਤ ਜੀ ਆ ਜਿਹੜਾ ਪ੍ਰਸੰਗ ਤੁਹਾਨੂੰ ਮੈਂ ਸੁਣਾਇਆ ਹੈ ਇਹ ਜਿਸ ਤਰੀਕੇ ਦੇ ਨਾਲ ਵੱਡੇ ਵਡੇਰਿਆਂ ਦੇ ਕੋਲੋਂ ਪ੍ਰਾਤਨ ਸਿੱਖਾਂ ਦੇ ਕੋਲੋਂ ਮੈਂ ਸੁਣਿਆ ਹੈ ਉਸੇ ਤਰੀਕੇ ਨਾਲ ਇਸ ਗ੍ਰੰਥ ਦੇ ਵਿੱਚ ਲਿਖ ਦਿੱਤਾ ਹੈ। ਰਤਨ ਸਿੰਘ ਔਰ ਕਹੇ ਗੋ ਸੋਈ ਸੁਣੋ ਚਿਤ ਲਾਏ। ਭਾਈ ਰਤਨ ਸਿੰਘ ਜੀ ਕਹਿੰਦੇ ਹਨ ਕਿ ਮੈਂ ਹੋਰ ਜੋ ਆਪਣੇ ਵੱਡੇ ਵਡੇਰਿਆਂ ਦੇ ਕੋਲੋਂ ਆਪਣੇ ਵੱਡੇ ਵਡੇਰਿਆਂ ਦੀਆਂ ਸਾਖੀਆਂ ਕਾਰਨਾਮੇ ਸੁਣੇ ਹਨ ਜੋ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਖਾਲਸੇ ਪੰਥ ਦੇ ਲਈ ਚੜ੍ਹਦੀ ਕਲਾ ਵਾਸਤੇ ਆਪਣੇ ਆਪ ਨੂੰ ਕੁਰਬਾਨ ਕੀਤਾ ਹੈ ਉਹ ਵੀ ਸਾਖੀਆਂ ਮੈਂ ਜੋ ਸੁਣੀਆਂ ਹੋਈਆਂ ਹਨ ਇਸ ਗ੍ਰੰਥ ਦੇ ਵਿੱਚ ਮੈਂ ਲਿਖੀਆਂ ਹਨ ਤੇ ਜਿਸ ਤਰੀਕੇ ਨਾਲ ਆਹ ਜਿਹੜਾ ਪ੍ਰਸੰਗ ਤੁਸੀਂ ਮਨ ਚਿੱਤ ਹੋ ਕੇ ਸੁਣਿਆ ਹੈ ਸਰਵਣ ਕੀਤਾ ਜਾਂ ਵਿਚਾਰਿਆ ਹੈ ਬਾਕੀ ਦੇ ਪ੍ਰਸੰਗਾਂ ਨੂੰ ਬਾਕੀ ਦੀਆਂ ਸਾਖੀਆਂ ਨੂੰ ਵੀ ਇਸੇ ਤਰੀਕੇ ਨਾਲ ਮਨ ਚਿੱਤ ਇਕਾਗਰ ਹੋ ਕੇ ਸਰਵਣ ਕਰ ਲੈਣਾ। ਦੋਹਰਾ ਫਿਰ ਵਿੱਚ ਵਿੱਚ ਸਿੰਘ ਹੱਥ ਕਤੈ ਮਾਰੇ ਦੁਸ਼ਟਨ ਧਾਏ। ਫਿਰ ਵਿੱਚ ਵਿੱਚ ਸਿੰਘ ਹੱਥ ਕਤੈ ਮਾਰੇ ਦੁਸ਼ਟਨ ਧਾਏ। ਭਾਈ ਰਤਨ ਸਿੰਘ ਜੀ ਕਹਿੰਦੇ ਹਨ ਜਿਸ ਵਕਤ ਭਾਈ ਸੁੱਖਾ ਸਿੰਘ ਨੇ ਪਠਾਨ ਨੂੰ ਮਾਰ ਦਿੱਤਾ ਤੇ ਆਪਣੇ ਜਥੇ ਵਿੱਚ ਆ ਗਿਆ ਤੇ ਸਾਰੇ ਜਥੇ ਫਿਰ ਵੱਖ ਵੱਖ ਇਲਾਕਿਆਂ ਦੇ ਵਿੱਚ ਚਲੇ ਗਏ। ਭਾਈ ਸੁੱਖਾ ਸਿੰਘ ਜੀ ਵਾਲਾ ਜਥਾ ਵੀ ਕਦੀ ਕਿਤੇ ਰਹਿੰਦਾ ਹੈ ਕਦੀ ਕਿਤੇ ਜੀਵਨ ਬਤੀਤ ਕਰਦਾ ਹੈ ਪਰ ਜਿਹੜੀ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਸੀ ਉਹਨਾਂ ਨੇ ਬਦਲਾ ਲੈਣ ਵਾਸਤੇ ਕਿ ਸਾਡਾ ਖਾਸ ਜਰਨੈਲ ਮਾਰਿਆ ਹੈ ਭਾਈ ਸੁੱਖਾ ਸਿੰਘ ਤੋਂ ਬਦਲਾ ਲੈਣ ਵਾਸਤੇ ਉਹ ਹਮਲਾ ਕਰਦੇ ਹਨ ਬਾਰ ਬਾਰ ਤੇ ਸਿੱਖਾਂ ਨੂੰ ਪਤਾ ਲੱਗ ਗਿਆ ਕਿ ਹੁਣ ਜਿਹੜੇ ਇਹ ਬਾਰ ਬਾਰ ਜਿਹੜਾ ਹਮਲਾ ਕਰਦੇ ਹਨ ਇਹਨਾਂ ਨੂੰ ਜਵਾਬ ਦੇਣਾ ਹੀ ਪਵੇਗਾ ਤੇ ਸਿੱਖਾਂ ਨੇ ਫਿਰ ਗੁਰਮਤਾ ਸੋਧਿਆ। ਫਿਰ ਵਿੱਚ ਵਿੱਚ ਸਿੰਘ ਹੱਥ ਕਤੈ ਜਦੋਂ ਵੀ ਫਿਰ ਸਿੱਖਾਂ ਨੂੰ ਮੌਕਾ ਮਿਲਦਾ ਸੀ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਨੂੰ ਜਾਂ ਇਹ ਜਿਹੜੇ ਪਠਾਨ ਸਨ ਇਹਨਾਂ ਨੂੰ ਵਿੱਚ ਵਿੱਚ ਖਾਲਸਾ ਜਵਾਬ ਦਿੰਦਾ ਇਹਨਾਂ ਨਾਲ ਦੋ ਹੱਥ ਕਰਦਾ ਕਤੈ ਮਾਰੇ ਦੁਸ਼ਟਨ ਧਾਏ ਇਹ ਜਿਹੜੇ ਦੁਸ਼ਟ ਬਿਰਤੀ ਵਾਲੇ ਲੋਕ ਸਨ ਜਿਹੜੇ ਅਮਨ ਚੈਨ ਦੇ ਨਾਲ ਰਹਿਣ ਨਹੀਂ ਸਨ ਦਿੰਦੇ ਲੋਕਾਂ ਨੂੰ ਸਿੱਖਾਂ ਨੂੰ ਵੀ ਜੀਣ ਨਹੀਂ ਸੀ ਦਿੰਦੇ ਉਹਨਾਂ ਦੁਸ਼ਟ ਪਾਪੀਆਂ ਨੂੰ ਫਿਰ ਇਸ ਖਾਲਸੇ ਨੇ ਭਾਈ ਸੁੱਖਾ ਸਿੰਘ ਜੀ ਦੇ ਜਥੇ ਨੇ ਜਦੋਂ ਵੀ ਮੌਕਾ ਮਿਲਣਾ ਇਹਨਾਂ ਨੂੰ ਜਿਹੜਾ ਜਵਾਬ ਦੇਣਾ ਇਹਨਾਂ ਦਾ ਨੁਕਸਾਨ ਕਰਨਾ। ਅੱਗੇ ਪਾਛੇ ਹੋ ਲੜੇ ਨਾ ਮੁਗਲ ਪਠਾਨਾਂ ਨੇ ਕਛੂ ਵਸਾਏ। ਅੱਗੇ ਪਾਛੇ ਹੋ ਲੜੇ ਨਾ ਮੁਗਲ ਪਠਾਨਾਂ ਨੇ ਕਛੂ ਵਸਾਏ। ਮੁਗਲ ਤੇ ਪਠਾਨ ਇਕੱਠੇ ਹੋ ਕੇ ਹੁਣ ਸਿੱਖਾਂ ਤੇ ਹਮਲਾ ਕਰਦੇ ਹਨ ਕਿਉਂਕਿ ਮੁਗਲ ਵੀ ਸਿੱਖਾਂ ਦੇ ਵੈਰੀ ਹਨ ਤੇ ਪਠਾਨ ਵੀ ਜਿਹੜੇ ਸਿੱਖਾਂ ਦੇ ਵੈਰੀ ਬਣ ਗਏ ਉਹ ਵੀ ਨਹੀਂ ਚਾਹੁੰਦੇ ਕਿ ਸਿੱਖ ਕੌਮ ਇਸ ਸੰਸਾਰ ਉੱਤੇ ਰਵੇ ਤੇ ਖਾਲਸਾ ਪੰਥ ਹੁਣ ਜਥੇ ਜਿਹੜੇ ਹੌਲੀ ਹੌਲੀ ਇਕੱਠੇ ਹੋਣ ਲੱਗ ਪਏ ਹਨ ਤੇ ਜਦੋਂ ਮੌਕਾ ਮਿਲਦਾ ਹੈ ਖਾਲਸਾ ਪੰਥ ਫਿਰ ਜਿੱਥੇ ਵੀ ਮੌਕਾ ਮਿਲਦਾ ਉੱਥੇ ਧਾਵਾ ਕਰਕੇ ਆਪਣੇ ਗੁਜ਼ਾਰੇ ਵਾਸਤੇ ਹਮਲਾ ਕਰਕੇ ਲੁੱਟ ਮਾਰ ਕਰਦਾ ਹੈ। ਜਦੋਂ ਪਠਾਨ ਅਤੇ ਮੁਗਲ
ਹਮਲਾ ਕਰਦੇ ਹਨ ਸਿੱਖਾਂ ਦੇ ਉੱਤੇ ਜਾਂ ਸਰਕਾਰੀ ਖਜ਼ਾਨਾ ਜਾਂ ਸਰਕਾਰੀ ਪਦਾਰਥ ਲੈ ਕੇ ਜਾਂਦੇ ਹਨ ਤੇ ਸਿੱਖ ਫਿਰ ਉਹਨਾਂ ਨੂੰ ਮੋੜਵਾ ਜਵਾਬ ਦਿੰਦੇ ਹਨ ਤੇ ਮੋੜਵਾ ਜਵਾਬ ਇਸ ਤਰੀਕੇ ਨਾਲ ਦਿੰਦੇ ਹਮਲਾ ਇਸ ਤਰੀਕੇ ਨਾਲ ਕਰਦੇ ਹਨ ਨਾ ਮੁਗਲਾਂ ਨੂੰ ਸਮਝ ਲੱਗਦੀ ਹੈ ਕਿ ਹਮਲਾ ਕਿੱਧਰੋਂ ਹੋਣਾ ਹੈ ਤੇ ਨਾ ਪਠਾਣਾਂ ਨੂੰ ਹੀ ਸਮਝ ਆਉਂਦੀ ਹੈ ਕਿਉਂਕਿ ਜਦੋਂ ਸਿੱਖ ਸਾਰੇ ਤੁਰੇ ਜਾਂਦੇ ਹਨ ਤੇ ਪਤਾ ਲੱਗਦਾ ਹੈ ਕਿ ਮੁਗਲ ਪਠਾਣ ਮਗਰੋਂ ਆ ਗਏ ਹਨ ਤੇ ਸਿੱਖਾਂ ਨੇ ਉਸੇ ਵੇਲੇ ਦੂਜੇ ਸਾਰੇ ਜਥਿਆਂ ਨੂੰ ਇਸ਼ਾਰੇ ਕਰ ਦੇਣੇ ਸਾਰੇ ਜਥੇ ਜਿਹੜੇ ਖਿਲਰ ਜਾਣੇ ਹਨ ਤੇ ਇੱਕ ਜਿਹੜਾ ਜਥਾ ਸਾਹਮਣੇ ਤੁਰਿਆ ਜਾਣਾ ਹੈ ਜਦੋਂ ਸਾਰੇ ਜਥੇ ਘੇਰੇ ਘੇਰੇ ਹੋ ਗਏ ਹਨ ਮੁਗਲ ਫੌਜ ਨੂੰ ਮੁਗਲ ਪਠਾਣਾਂ ਨੂੰ ਇਕੱਠਿਆਂ ਕਰ ਲਿਆ ਹੈ ਘੇਰ ਲਿਆ ਹੈ ਤੇ ਜਿਹੜਾ ਜਥਾ ਅੱਗੇ ਤੁਰਿਆ ਜਾਂਦਾ ਉਹਨੇ ਮੂੰਹ ਘੁਮਾ ਕੇ ਹਮਲਾ ਕਰਨ ਵਾਸਤੇ ਅੱਗਿਓਂ ਤਿਆਰ ਹੋ ਜਾਣਾ ਤੇ ਮੁਗਲਾਂ ਨੇ ਸੋਚਣਾ ਕਿ ਜਿਹੜਾ ਜਥਾ ਅੱਗਿਓਂ ਆ ਰਿਹਾ ਇਹਨਾਂ ਨੇ ਹਮਲਾ ਕਰਨਾ ਹੈ ਜਦੋਂ ਉਹਦੇ ਵੱਲ ਰੁੱਖ ਕਰਦੇ ਹਨ ਮੁਗਲ ਪਠਾਣ ਹਮਲਾ ਕਰਦੇ ਹਨ ਇੰਨੇ ਚਿਰ ਨੂੰ ਚੌਵੇਂ ਬੰਦਿਆਂ ਤੋਂ ਆਸਿਓ ਪਾਸਿਓ ਤੇ ਪਿੱਛਿਓ ਜਿਹੜੇ ਜਥੇ ਘੇਰ ਕੇ ਰੱਖੇ ਘੇਰਿਆ ਹੋਇਆ ਸੀ ਜਿਨ੍ਹਾਂ ਸਿੱਖਾਂ ਨੇ ਉਹ ਹਮਲਾ ਕਰਦੇ ਹਨ ਜੇ ਦਾਏ ਵੱਲ ਰੋਕਣ ਦੀ ਕੋਸ਼ਿਸ਼ ਕਰਦੇ ਹਨ ਤੇ ਬਾਏ ਵਾਲੇ ਬੰਨੇ ਸਿੱਖਾਂ ਹਮਲਾ ਕਰ ਦਿੰਦੇ ਹਨ ਜੇ ਬਾਏ ਪਾਸਿਓ ਰੋਕਣ ਦੀ ਕੋਸ਼ਿਸ਼ ਕਰਦੇ ਹਨ ਤੇ ਸਿੱਖ ਪਿੱਛੋਂ ਹਮਲਾ ਕਰ ਦਿੰਦੇ ਹਨ ਜੇ ਪਿੱਛੇ ਹਮਲਾ ਕਰਨ ਦੀ ਕੋਸ਼ਿਸ਼ ਕਰਦੇ ਹਨ ਪਠਾਣ ਤਾਂ ਮੂਹਰਿਓਂ ਫਿਰ ਸਿੱਖ ਹਮਲਾ ਕਰ ਦਿੰਦੇ ਹਨ ਭਾਵ ਕਿ ਉਹਨਾਂ ਨੂੰ ਸਮਝ ਹੀ ਨਹੀਂ ਲੱਗਣ ਦਿੰਦੇ ਕਿ ਅਸੀਂ ਹਮਲਾ ਕਰਨਾ ਕਿਹੜੇ ਬੰਨਿਓਂ ਹੈ ਤੇ ਕਿਹੜੇ ਬੰਨਿਓਂ ਜਿਹੜਾ ਤੁਸੀਂ ਸਾਡਾ ਮੁਕਾਬਲਾ ਕਰਨਾ ਹੈ ਆਗੇ ਪਾਸੇ ਹੋ ਲੜੈ ਨਾ ਮੁਗਲ ਪਠਾਨਣ ਕਸ਼ੋ ਵਸਾਏ ਨਾ ਮੁਗਲਾਂ ਨੂੰ ਪਤਾ ਲੱਗਦਾ ਹੈ ਨਾ ਪਠਾਣਾਂ ਨੂੰ ਪਤਾ ਲੱਗਦਾ ਹੈ ਅਤੇ ਅੱਗਿਓਂ ਪਿੱਛਿਓਂ ਆਸਿਓਂ ਪਾਸਿਓਂ ਹੋ ਕੇ ਸਿੱਖ ਉਹਨਾਂ ਤੇ ਹਮਲਾ ਕਰਕੇ ਉਹਨਾਂ ਦਾ ਮਾਲ ਵੀ ਲੁੱਟ ਲੈਂਦੇ ਹਨ ਅਤੇ ਉਹਨਾਂ ਦਾ ਨੁਕਸਾਨ ਵੀ ਕਰ ਦਿੰਦੇ ਹਨ ਮਾਰੀ ਤਬ ਨੂਰ ਦੀਨ ਸਰਾਏ ਮਾਰੀ ਤਬ ਨੂਰ ਦੀਨ ਸਰਾਏ ਇਸੇ ਸਮੇਂ ਦੇ ਵਿੱਚ ਖਾਲਸੇ ਨੇ ਫਿਰ ਜਿਹੜੇ ਤਰਨ ਤਾਰਨ ਦੇ ਲਾਗੇ ਨੂਰ ਦੀਨ ਦੀ ਸਰਾਹ ਸੀ ਜਿਸ ਉੱਤੇ ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਨੇ ਕਬਜ਼ਾ ਕਰਕੇ ਟੈਕਸ ਲਾਇਆ ਸੀ ਸਰਕਾਰ ਨੂੰ ਜਾਂ ਲੋਕਾਂ ਨੂੰ ਉਸ ਨੂਰ ਦੀਨ ਦੀ ਸਰਾਹ ਨੂੰ ਫਿਰ ਖਾਲਸੇ ਨੇ ਕਬਜ਼ੇ ਵਿੱਚ ਕਰ ਲਿਆ ਹੈ ਉਸ ਸਰਾਹ ਦੇ ਉੱਤੇ ਕਬਜ਼ਾ ਕਰ ਲਿਆ ਤੇ ਉਹਨੂੰ ਲੁੱਟ ਲਿਆ ਹੈ ਸ਼ੰਕਰ ਕੋਟ ਤਬ ਲੁੱਟਿਓ ਧਾਏ ਇਸੇ ਸਮੇਂ ਦੇ ਵਿੱਚ ਤਰਨ ਤਾਰਨ ਦੇ ਲਾਗੇ ਇੱਕ ਪਿੰਡ ਆਉਂਦਾ ਹੈ ਸ਼ੰਕਰ ਕੋਟ ਜਿੱਥੋਂ ਦੇ ਚੁਗਲ ਬਹੁਤ ਜ਼ਿਆਦੇ ਚੁਗਲੀ ਕਰ ਕਰਕੇ ਸਿੱਖਾਂ ਨੂੰ ਫੜਾਉਂਦੇ ਸਨ ਸਿੱਖਾਂ ਦਾ ਨੁਕਸਾਨ ਕਰਦੇ ਸਨ ਸਿੱਖਾਂ ਨੇ ਮੌਕੇ ਦੀ ਭਾਲ ਨੂੰ ਸਾਂਭਦਿਆਂ ਹੋਇਆ ਮੌਕੇ ਨੂੰ ਸਾਂਭਦਿਆਂ ਹੋਇਆ ਸ਼ੰਕਰ ਕੋਟ ਉੱਤੇ ਹਮਲਾ ਕਰਕੇ ਇਹ ਜਿਹੜੇ ਸੂਹੀਏ ਇਸ ਪਿੰਡ ਵਿੱਚ ਬੈਠੇ ਸਨ ਜਿਹੜੇ ਸਿੱਖਾਂ ਦੇ ਵੈਰੀ ਸਨ ਜਿਨ੍ਹਾਂ ਨੇ ਸਿੱਖਾਂ ਨੂੰ ਮਰਵਾਇਆ ਸੀ ਫੜਾਇਆ ਸੀ ਉਹਨਾਂ ਸਾਰਿਆਂ ਨੂੰ ਸੋਧਾ ਲਾ ਦਿੱਤਾ ਅਤੇ ਉਹਨਾਂ ਦੇ ਘਰ ਘਰ ਸਾਰੇ ਦੇ ਸਾਰੇ ਹੀ ਲੁੱਟ ਲਏ ਕਤਲ ਕੀਓ ਤਬ ਗਾਉ ਮਜੀਠਾ ਤੇ ਅੰਮ੍ਰਿਤਸਰ ਦੇ ਲਾਗੇ ਜਿਹੜਾ ਮਜੀਠਾ ਨਗਰ ਹੈ ਅੱਜ ਵੀ ਪੈਂਦਾ ਹੈ ਤੇ ਉਸ ਪਿੰਡ ਦਾ ਰਹਿਣ ਵਾਲਾ ਜਿਹੜਾ ਸੂਹੀਆ ਸੀ ਉਹਨੂੰ ਵੀ ਖਾਲਸੇ ਨੇ ਸੋਧਾ ਲਾ ਦਿੱਤਾ ਲੀਨੋ ਬੈਰ ਸੁਚੜ ਸਿੰਘ ਡੀਠਾ ਲੀਨੋ ਬੈਰ ਸੁਚੜਤ ਸਿੰਘ ਡੀਠਾ ਭਾਈ ਚੜਤ ਸਿੰਘ ਨੇ ਇਸ ਮਜੀਠੇ ਦੇ ਜੱਟ ਦੇ ਕੋਲ ਜਾਂ ਇਹਨਾਂ ਲੋਕਾਂ ਦੇ ਕੋਲੋਂ ਬਦਲਾ ਲਿਆ ਹੈ ਕਿਉਂਕਿ ਇਹਨਾਂ ਲੋਕਾਂ ਨੇ ਮਜੀਠੇ ਨਗਰ ਦੇ ਵਿੱਚ ਹੀ ਚੜਖੜੀਆਂ ਬਣਾਈਆਂ ਹੋਈਆਂ ਸਨ ਜਿਹੜੇ ਸਿੱਖ ਫੜ ਲੈਂਦੇ ਸਨ ਉਹਨਾਂ ਨੂੰ ਜਾਂ ਫਾਂਸੀ ਦੇ ਕੇ ਮਾਰ ਦਿੰਦੇ ਸਨ ਜਾਂ ਸਰਕਾਰ ਦੇ ਹਵਾਲੇ ਕਰ ਦਿੰਦੇ ਸਨ ਤੇ ਜਾਂ ਫਿਰ ਚੜਖੜੀ ਤੇ ਚੜਾ ਕੇ ਆਪ ਹੀ ਮਾਰ ਦਿੰਦੇ ਸਨ ਜਿੰਨੇ ਵੀ ਸਿੱਖਾਂ ਨੂੰ ਇਹਨਾਂ ਨੇ ਮਾਰਿਆ ਹੈ ਤੇ ਭਾਈ ਚੜਤ ਸਿੰਘ ਨੇ ਫਿਰ ਇਸ ਨਗਰ ਦੇ ਉੱਤੇ ਹਮਲਾ ਕਰਕੇ ਇਹਨਾਂ ਸਾਰਿਆਂ ਨੂੰ ਸੋਧਾ ਲਾਇਆ ਸਾਰਿਆਂ ਨੂੰ ਮਾਰ ਦਿੱਤਾ ਤੇ ਘਰ ਘਾਟ ਲੁੱਟ ਲਿਆ ਫਿਰ ਚੜਤ ਸਿੰਘ ਕਹਿ ਮਾਰੀਏ ਸ਼ੀਨੇ ਭਾਈ ਚੜਤ ਸਿੰਘ ਜੋ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ ਜੀ ਹੈ ਭਾਈ ਚੜਤ ਸਿੰਘ ਨੇ ਫਿਰ ਖਾਲਸੇ ਨੂੰ ਕਿਹਾ ਖਾਲਸਾ ਜੀ ਜਿਹੜੇ ਜਿੰਨੇ ਵੀ ਸਿੱਖਾਂ ਦੇ ਵੈਰੀ ਹਨ ਜਿਨ੍ਹਾਂ ਨੇ ਵੀ ਸਿੱਖਾਂ ਦੇ ਨਾਲ ਵੈਰ ਕਮਾਇਆ ਜਾਂ ਸਿੱਖਾਂ ਨੂੰ ਫੜਾਇਆ ਹੈ ਉਹਨਾਂ ਸਾਰਿਆਂ ਨੂੰ ਆਪਾਂ ਸੋਧਾ ਲਾਉਣਾ ਕਿਸੇ ਨੂੰ ਵੀ ਛੱਡਣਾ ਨਹੀਂ ਹੈ ਆਪਾਂ ਮਜੀਠੇ ਨਗਰ ਨੂੰ ਮਾਰ ਦਿੱਤਾ ਸੂਹੀਏ ਨੂੰ ਮਾਰ ਦਿੱਤਾ ਹੈ ਅਤੇ ਨੂਰ ਦੀਨ ਦੀ ਸਰਾਹ ਵੀ ਕਬਜ਼ੇ 'ਚ ਕਰ ਲਈ ਹੈ ਅਤੇ ਸ਼ੰਕਰ ਕੋਟ ਦਾ ਸੂਹੀਆ ਵੀ ਮਾਰ ਦਿੱਤਾ ਹੈ ਪਰ ਹੁਣ ਜਿਹੜਾ ਸਭ ਤੋਂ ਦੁਸ਼ਟ ਬਿਰਤੀ ਵਾਲਾ ਪਾਪੀ ਹਜੇ ਜਿੰਦਾ ਹੈ ਕਰਮਾ ਸ਼ੀਨਾ ਜਿਹੜਾ ਸ਼ੀਨੇ ਪਿੰਡ ਦਾ ਹੈ
ਹੁਣ ਉਸ ਨਗਰ ਦੇ ਉੱਤੇ ਧਾਵਾ ਕਰੀਏ, ਹਮਲਾ ਕਰੀਏ ਅਤੇ ਜਿੰਨੇ ਵੀ ਉੱਥੋਂ ਦੇ ਜੱਟ ਸਨ ਜਿਨ੍ਹਾਂ ਨੇ ਸਿੱਖਾਂ ਨਾਲ ਵੈਰ ਕਮਾਇਆ, ਸਿੱਖਾਂ ਦਾ ਨੁਕਸਾਨ ਕੀਤਾ, ਉਹਨਾਂ ਸਾਰਿਆਂ ਨੂੰ ਸੋਧਾ ਲਾਈਏ ਤੇ ਜਿਹੜਾ ਕਰਮਾ ਸ਼ੀਨਾ ਆਪਣੇ ਆਪ ਨੂੰ ਸਰਕਾਰ ਦਾ ਟੋਟ ਸਮਝਦਾ ਹੈ, ਬਹੁਤ ਵੱਡਾ ਜਿਹੜਾ ਅਮੀਰ ਆਪਣੇ ਆਪ ਨੂੰ ਸਮਝਦਾ ਹੈ, ਉਹਨੂੰ ਸੋਧਾ ਲਾ ਕੇ ਉਹਦੀ ਹਵੇਲੀ ਨੂੰ ਲੁੱਟਿਆ ਜਾਵੇ। ਤੇ ਭਾਈ ਚੜਤ ਸਿੰਘ ਨੇ ਖਾਲਸੇ ਨੂੰ ਕਿਹਾ ਤੇ ਖਾਲਸੇ ਨੇ ਫਿਰ ਉਸੇ ਵੇਲੇ ਹਾਂ ਕਰ ਦਿੱਤੀ। ਫਿਰ ਚੜਤ ਸਿੰਘ ਕਹਿ ਮਾਰੀਏ ਸ਼ੀਨੇ, ਭਾਈ ਚੜਤ ਸਿੰਘ ਖਾਲਸੇ ਨੂੰ ਕਹਿੰਦਾ ਖਾਲਸਾ ਦੀ ਸ਼ੀਨੇ ਪਿੰਡ ਉੱਤੇ ਧਾਵਾ ਕਰਕੇ ਕਰਮੇ ਸ਼ੀਨੇ ਨੂੰ ਮਾਰ ਦਈਏ। ਕਰਮ ਧਰਮ ਸਿੰਘ ਬੈਰ ਚਹਿ ਲੀਨੇ, ਕਿਉਂਕਿ ਦੋ ਸਿੱਖ ਸਨ ਕਰਮ ਸਿੰਘ ਤੇ ਧਰਮ ਸਿੰਘ, ਇਹਨਾਂ ਦੋਵਾਂ ਨੂੰ ਹੀ ਇਸ ਕਰਮੇ ਸ਼ੀਨੇ ਨੇ ਬੜੇ ਤਸੀਹੇ ਦੇ ਕੇ ਬੜਾ ਜ਼ੁਲਮ ਕਰਕੇ ਦੋਵਾਂ ਨੂੰ ਸ਼ਹੀਦ ਕੀਤਾ ਸੀ। ਸਿੰਘਣ ਘੇਰਾ ਗ੍ਰਾਮਹਿ ਪਾਇਆ, ਗ੍ਰਾਮੇ ਤੋਂ ਭਾਵ ਹੁੰਦਾ ਪਿੰਡ, ਸ਼ੀਨੇ ਪਿੰਡ ਨੂੰ ਫਿਰ ਖਾਲਸੇ ਨੇ ਚੌਵੇਂ ਬੰਨਿਆਂ ਤੋਂ ਘੇਰਾ ਪਾਇਆ ਹੈ। ਗ੍ਰਾਮ ਲੜਨ ਤਾਂ ਬਾਹਰ ਆਇਆ, ਜਦੋਂ ਇਸ ਪਿੰਡ ਦੇ ਜਿਹੜੇ ਸਿੱਖਾਂ ਦੇ ਵੈਰੀ ਸਨ ਉਹਨਾਂ ਨੂੰ ਪਤਾ ਲੱਗਾ ਕਿ ਸਿੱਖਾਂ ਨੇ ਘੇਰਾ ਪਾਇਆ ਹੈ, ਇਹਨਾਂ ਨੇ ਫਿਰ ਲੜਨ ਦਾ ਯਤਨ ਕੀਤਾ, ਸਿੱਖਾਂ ਨੂੰ ਮਾਰਨ ਦਾ ਯਤਨ ਕੀਤਾ, ਸਿੱਖਾਂ ਦੇ ਨਾਲ ਮੁਕਾਬਲਾ ਕਰਨ ਵਾਸਤੇ ਇਹ ਲੋਕ ਘਰਾਂ ਚੋਂ ਬਾਹਰ ਆਏ ਹਨ, ਪਿੰਡ ਤੋਂ ਬਾਹਰ ਆਏ ਹਨ। ਸਿੰਘਣ ਲੀਏ ਸੋ ਬਾਹਰੇ ਮਾਰ, ਸਿੰਘਾਂ ਨੇ ਏਦਾਂ ਬਹੁਤ ਤਗੜਾ ਹਮਲਾ ਇਹਨਾਂ ਤੇ ਕੀਤਾ, ਇਹਨਾਂ ਦੀ ਪੇਸ਼ ਕੋਈ ਨਾ ਚੱਲਣ ਦਿੱਤੀ ਤੇ ਪਿੰਡ ਤੋਂ ਬਾਹਰ ਹੀ ਬਹੁਤ ਸਾਰੇ ਲੋਕਾਂ ਨੂੰ ਮਾਰ ਦਿੱਤਾ। ਸਾਥ ਬੜੇ ਸਿੰਘ ਤਿਨਕੇ ਨਾਰ, ਸਾਥ ਬੜੇ ਸਿੰਘ ਤਿਨਕੇ ਨਾਰ, ਤੇ ਜਿਹੜੇ ਲੋਕ ਆਪਣੀ ਜਾਨ ਨੂੰ ਪਿਆਰ ਕਰਦੇ ਸਨ, ਆਪਣੀ ਜਾਨ ਬਚਾਉਣ ਦੀ ਖਾਤਰ ਪਿੰਡ ਨੂੰ ਫਿਰ ਦੌੜੇ ਹਨ, ਘਰਾਂ ਨੂੰ ਦੌੜੇ ਹਨ, ਤੇ ਸਿੱਖਾਂ ਨੇ ਪਿੱਛਾ ਕਰਕੇ ਇਹਨਾਂ ਦੇ ਘਰਾਂ ਵਿੱਚ ਵੜ ਕੇ ਫਿਰ ਇਹਨਾਂ ਨੂੰ ਮਾਰਿਆ ਹੈ ਅਤੇ ਇਹਨਾਂ ਦੇ ਘਰ ਘਾਟ ਲੁੱਟੇ ਹਨ। ਲੂਟ ਕਰੀ ਔਰ ਕੱਟੇ ਬਹੁਤੇਰੇ, ਬੜੇ ਲੋਕਾਂ ਨੂੰ ਕੱਟਿਆ ਇਹਨਾਂ ਲੁਪਾਪੀਆਂ ਨੂੰ, ਤੇ ਇਹਨਾਂ ਦੇ ਘਰ ਘਾਟ ਸਾਰੇ ਦੇ ਸਾਰੇ ਸਿੱਖਾਂ ਨੇ ਲੁੱਟ ਲਏ ਹਨ। ਪਾਏ ਸਿੰਘਣ ਕਰਮੇ ਗੜ ਘੇਰੇ, ਕਿਉਂਕਿ ਜਿਹੜਾ ਕਰਮਾ ਸ਼ੀਨਾ ਸੀ, ਜਿਹੜਾ ਮੇਨ ਸੁਹੀਆ ਸੀ, ਉਹਨੇ ਇੱਕ ਹਵੇਲੀ ਕਿਲੇ ਟੈਪ ਬਣਾਈ ਹੋਈ ਸੀ ਤੇ ਪਿੰਡ ਤੋਂ ਬਾਹਰ ਉਹਦਾ ਇੱਕ ਹਵੇਲਾ ਸੀ ਜਾਂ ਹਵੇਲੀ ਸੀ। ਸਿੱਖਾਂ ਨੇ ਪਿੰਡ ਨੂੰ ਸੋਧਣ ਤੋਂ ਬਾਅਦ ਫਿਰ ਇਹਦੇ ਕਰਮੇ ਸ਼ੀਨੇ ਦੀ ਹਵੇਲੀ ਨੂੰ ਘੇਰਾ ਪਾਇਆ ਹੈ। ਤਬ ਕਰਮੇ ਨੇ ਜਾਣਿਓ ਸਿੰਘ ਅਬ ਛਾੜਤ ਨਾਹੀਂ, ਕਰਮੇ ਸ਼ੀਨੇ ਨੇ ਜਾਣ ਲਿਆ ਕਿ ਸਿੱਖਾਂ ਨੇ ਘੇਰਾ ਪਾ ਲਿਆ ਹੈ, ਪਿੰਡ ਵਿੱਚ ਜਿਹੜੇ ਸਾਡੇ ਬੰਦੇ ਸਨ ਉਹਨਾਂ ਨੂੰ ਮਾਰ ਦਿੱਤਾ ਹੈ ਤੇ ਹੁਣ ਇਹਨਾਂ ਨੇ ਮੈਨੂੰ ਛੱਡਣਾ ਨਹੀਂ ਹੈ, ਇਹਨਾਂ ਨੇ ਮੈਨੂੰ ਹੁਣ ਮਾਰ ਦੇਣਾ ਹੈ। ਤੇਰਾ ਬਹੁ ਤਿਸ ਆਪਣੀ ਆਪੇ ਦਈ ਕਟਾਏ। ਭਾਈ ਰਤਨ ਸਿੰਘ ਜੀ ਕਹਿੰਦੇ ਹਨ ਕਿ ਇਹਨੇ ਆਪਣੇ ਕੋਲ 13 ਇਸਤਰੀਆਂ ਰੱਖੀਆਂ ਹੋਈਆਂ ਸਨ, ਪਰ ਜਦੋਂ ਪਤਾ ਲੱਗਾ ਸਿੱਖਾਂ ਨੇ ਘੇਰਾ ਪਾਇਆ ਹੈ ਤੇ ਇਹਨੇ ਸਭ ਤੋਂ ਪਹਿਲਾਂ ਉਹ 13 ਦੀਆਂ 13 ਜਨਾਨੀਆਂ ਦਾ ਕਤਲ ਕਰ ਦਿੱਤਾ, ਪਹਿਲਾਂ ਉਹਨਾਂ 13-13 ਬੀਬੀਆਂ ਨੂੰ ਮਾਰ ਕੇ ਰੱਖ ਦਿੱਤਾ, ਅਤੇ ਫਿਰ ਜਿਹੜਾ ਸਿੱਖਾਂ ਦੇ ਨਾਲ ਮੁਕਾਬਲਾ ਕਰਨ ਦੀ ਇਹਨੇ ਸੋਚੀ, ਉਹਨਾਂ 13 ਬੀਬੀਆਂ ਦੇ ਵਿੱਚੋਂ ਕੁਝ ਇਹਦੇ ਨਾਲ ਵਿਆਹੀਆਂ ਹੋਈਆਂ ਸਨ ਤੇ ਕੁਝ ਉਦਾਂ ਹੀ ਇਹਨੇ ਬਦਮਾਸ਼ੀ ਤੌਰ ਤੇ ਰੱਖੀਆਂ ਹੋਈਆਂ ਸਨ। ਕਈ ਦਿਨਾਂ ਮੈਂ ਗੜੀ ਸੁਮਾਰੀ, ਇਹਨੂੰ ਜਦੋਂ ਪਤਾ ਲੱਗਾ ਸਿੱਖ ਤਗੜੇ ਹਨ, ਤਾਕਤ ਜ਼ਿਆਦੀ ਹੈ, ਇਹਨੇ ਗੜੀ ਦੇ ਵਿੱਚ ਆਪਣੇ ਆਪ ਨੂੰ ਬੰਦ ਕਰ ਲਿਆ ਤੇ ਅੰਦਰੋਂ ਵਾਰ ਕਰਦਾ ਹੈ, ਗੋਲੀਆਂ ਚਲਾਉਂਦਾ ਹੈ, ਨਾਲ ਫੈਰ ਕਰਦਾ ਹੈ, ਤੀਰ ਚਲਾਉਂਦਾ ਹੈ, ਪੂਰਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਕਈ ਦਿਨ ਤੱਕ ਇਸੇ ਤਰੀਕੇ ਦੇ ਨਾਲ ਲੰਘ ਗਏ। ਫਿਰ ਆਕੀ ਉਨ ਕਰੀ ਅਟਾਰੀ, ਜਦੋਂ ਸਿੱਖਾਂ ਨੇ ਵੇਖਿਆ ਦਿਨ ਲੰਘਦੇ ਜਾਂਦੇ ਹਨ ਤੇ ਇੱਕ ਬੰਦਾ ਸਾਡੇ ਕੋਲ ਮਾਰਿਆ ਨਹੀਂ ਜਾ ਰਿਹਾ, ਫਿਰ ਸਿੱਖਾਂ ਨੇ ਸਭ ਤੋਂ ਪਹਿਲਾਂ ਇਹਦੀ ਅਟਾਰੀ ਤੇ ਕਬਜ਼ਾ ਕੀਤਾ। ਅਟਾਰੀ ਕਹਿੰਦੇ ਹਨ ਜਿਹੜੀ ਹਵੇਲੀ ਹੁੰਦੀ ਹੈ, ਹਵੇਲੀ ਤੋਂ ਸਭ ਤੋਂ ਉਤਲਾ ਚਬਾਰਾ ਜਿਹਦੇ ਥਾਣੀ ਹਵਾ ਆਉਂਦੀ ਹੈ ਉਹਨੂੰ ਅਟਾਰੀ ਕਿਹਾ ਜਾਂਦਾ ਹੈ। ਇਹਦੀ ਹਵੇਲੀ ਬੜੀ ਉੱਚੀ ਸੀ ਤੇ ਸਿੱਖਾਂ ਨੇ ਸਭ ਤੋਂ ਪਹਿਲਾਂ ਇਹਦੀ ਅਟਾਰੀ ਉੱਤੇ, ਇਹਦੀ ਹਵੇਲੀ ਉੱਤੇ ਕਬਜ਼ਾ ਕਰਨ ਦਾ ਸੋਚਿਆ ਕਿ ਇਹਦੀ ਹਵੇਲੀ ਦੇ ਉੱਤੇ ਕਬਜ਼ਾ ਕੀਤਾ ਜਾਵੇ ਅਤੇ ਉੱਪਰ ਥਾਣੀ ਜਿਹੜਾ ਅੰਦਰ ਜਾ ਕੇ ਇਹਨੂੰ ਸੋਧਾ ਲਾਇਆ ਜਾਵੇ। ਫਿਰ ਸਿੱਖਾਂ ਨੇ ਇਸ ਅਟਾਰੀ 'ਤੇ ਕਬਜ਼ਾ ਕਰਨ ਵਾਸਤੇ ਪੌੜੀਆਂ ਦਾ ਪ੍ਰਬੰਧ ਕੀਤਾ ਹੈ,
ਅਤੇ ਪੌੜੀਆਂ ਲਾ ਕੇ ਸਿੱਖਾਂ ਨੇ ਅਟਾਰੀ ਤੇ ਕਬਜ਼ਾ ਕਰਕੇ ਫਿਰ ਅਟਾਰੀ ਨੂੰ ਜਿਹੜਾ ਢਾਉਣ ਦਾ ਯਤਨ ਕੀਤਾ ਤੇ ਫਿਰ ਕਰਮੇ ਸਿੰਘ ਨਾਲ ਫਿਰ ਕਿਵੇਂ ਮੁਕਾਬਲਾ ਕੀਤਾ ਖਾਲਸੇ ਨੇ, ਉਹ ਵਿਚਾਰ ਆਪਾਂ ਕੱਲ ਦੇ ਦੀਵਾਨਾਂ ਚ ਕਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਵਿਅਰਥ ਗਲਤੀਆਂ ਹੋ ਜਾਂਦੀਆਂ ਹਨ। ਗੁਰੂ ਅਤੇ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।